ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੀ ਪੜੀ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਵੈਰੀ ਗੁੱਡ ਮਾਰਨਿੰਗ ਤੁਹਾਡੀ ਤੇ ਈਵਨਿੰਗ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਦੇ ਦਰਸ਼ਕਾਂ ਤੇ ਆਪ ਜੀ ਨੂੰ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ। ਕੀ ਹਾਲ ਚਾਲ, ਠੀਕ ਠਾਕ ਹੈ ਪੰਜਾਬ ਦਾ? ਬਿਲਕੁਲ ਠੀਕ, ਤੁਸੀਂ ਸੁਣਾਓ? ਅੰਮ੍ਰਿਤਸਰ ਦਾ ਕੀ ਹਾਲ ਚਾਲ? ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਜੀ, ਇੱਥੇ ਕੁਛ ਨੀ ਹੁੰਦਾ, ਕੁਛ ਵੀ ਹੋਵੇ ਇਹ ਸਹੀ ਸਲਾਮਤ ਰਹਿੰਦੀ ਹੈ। ਬਾਰਡਰ ਤੋਂ ਬਿਲਕੁਲ ਨਜ਼ਦੀਕ ਆ, ਲੇਕਿਨ ਫਿਰ ਵੀ ਇਹ ਖੁਸ਼ੀਆਂ ਮਾਣਦੀ ਹੈ, ਖੁਸ਼ੀਆਂ ਦਿੰਦੀ ਹੈ। ਅੰਤਰਰਾਸ਼ਟਰੀ ਸ਼ਹਿਰ ਆ, ਵੱਡੀ ਗਿਣਤੀ ਚ ਲੋਕ ਆਉਂਦੇ ਨੇ, 900 ਦੇ ਕਰੀਬ ਹੋਟਲ ਨੇ ਜਿਹੜੇ ਫੁੱਲ ਰਹਿੰਦੇ ਨੇ। ਅੱਛਾ, ਗੁਰੂ ਘਰ ਦੇ ਲੋਕੀ ਦਰਸ਼ਨ ਕਰਦੇ ਆ ਕੇ 900? ਬੜਾ ਵੱਡਾ ਅੰਕੜਾ ਜੀ ਪਾਟੀ ਸਾਹਿਬ। ਉਹਦੇ ਵਿੱਚ ਇਹ ਨਾ ਜੀ, ਛੋਟੇ ਮੋਟੇ ਹੋਟਲ, ਕਿਸੇ ਕੋਲ 10 ਕਮਰੇ, ਕਿਸੇ ਕੋਲ 20 ਕਮਰੇ, ਇਹ ਵੀ ਗੱਲ ਸਹੀ ਹੈ, ਇਹ ਵੀ ਗੱਲ ਸਹੀ ਹੈ। ਆਓ ਫਿਰ ਪੜੀ ਸਾਹਿਬ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਨਾਲ। ਤੁਹਾਡੀ ਉਡੀਕ ਸਾਰਿਆਂ ਨੂੰ ਹੁੰਦੀ ਹੈ ਜੀ, ਐਂਡ ਤੁਸੀਂ ਵੀ ਕਾਲ ਕਰ ਸਕਦੇ ਹੋ ਜੀ। ਤੁਹਾਡਾ ਹੁਣ ਅੱਧਾ ਘੰਟਾ ਪੱਟੀ ਸਾਹਿਬ ਦੇ ਨਾਲ ਅਸੀਂ ਬਤਾਉਣ ਜਾ ਰਹੇ ਹਾਂ ਜੀ, ਤੁਸੀਂ ਕਾਲ ਕਰ ਸਕਦੇ ਹੋ 905-813-1320, 905-813-1320 'ਤੇ ਕਾਲ ਕੀਤੀ ਜਾ ਸਕਦੀ ਹੈ। ਜ਼ੀ ਨਿਊਜ਼ ਦੇ ਐਂਕਰ ਰੋਹਿਤ ਰਾਜਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਪੁਲਿਸ ਫੋਰਸ ਵੱਲੋਂ ਜੀ, ਇਹਦੀ ਕੀ ਖਬਰ ਹੈ ਜੀ? ਇਹ ਜੀ ਨਿਊਜ਼ ਦਾ ਜਿਹੜਾ ਐਂਕਰ ਆ ਰੋਹਿਤ ਰੰਜਨ, ਇੰਨੀ ਵੀ ਚਮਚਾਗਰੀ ਜਿਹੜੀ ਆ ਕਿਸੇ ਵੇਲੇ ਬੰਦੇ ਦੀ ਕਿਸੇ ਕਿਸਮ ਦੀ ਸੰਕਟ ਪੈਦਾ ਕਰ ਦਿੰਦੀ। ਵਾਇਨਟ ਦੇ ਵਿੱਚ ਜਿੱਥੋਂ ਜਾ ਕੇ ਐਲਕੀ ਸਾਡੇ ਰਾਹੁਲ ਗਾਂਧੀ ਜੀ ਚੋਣ ਲੜੇ ਸੀ, ਤੇ ਉਹਨਾਂ ਨੇ ਵਾਇਨਟ ਦਫ਼ਤਰ ਦੇ ਉੱਤੇ ਕੁਛ ਸ਼ਰਾਰਤੀਆਂ ਨੂੰ ਅਟੈਕ ਕਰ ਦਿੱਤਾ। ਉਸ ਅਟੈਕ ਦੇ ਵਿੱਚ ਉਹਨਾਂ ਦਾ ਦਫ਼ਤਰ ਤੋੜ ਦਿੱਤਾ ਗਿਆ ਜੀ। ਰਾਹੁਲ ਗਾਂਧੀ ਉੱਥੇ ਗਏ ਤੇ ਉੱਥੇ ਮੀਡੀਆ ਨੇ ਪੁੱਛਿਆ ਵੀ ਦੱਸੋ ਜੀ ਇੱਥੇ ਕੀ ਕਰ ਰਹੀ। ਕਹਿੰਦੇ ਕਹਿੰਦੇ ਬੱਚੇ ਆ ਜੀ, ਕੋਈ ਗੱਲ ਨੀ, ਮਾਫ਼ ਕਰ ਦੇਣਾ ਚਾਹੀਦਾ, ਕੋਈ ਬੱਚੇ ਕਰਤੀ ਕੋਈ ਗੱਲ ਨੀ, ਗਲਤੀ ਕਰਤੀ ਕੋਈ। ਇਹ ਐਂਕਰ ਸਾਹਿਬ ਨੇ ਇਸ ਚੀਜ਼ ਨੂੰ ਇਹ ਕਿਹਾ ਵੀ ਜਿਹੜੀ ਰਾਜਸਥਾਨ ਚ ਵਾਪਰੀ ਘਨੱਈਆ ਕਾਂਡ ਦੇ ਵਿੱਚ ਜਿਹੜੀ ਕਾਂਡ ਵਾਪਰੀ ਹੈ, ਉਹਦੇ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ। ਕਿੱਡੀ ਵੱਡੀ ਬਲੰਡਰ ਗਲਤੀ ਸੀ! ਮੈਂ ਸੋਚਦਾ ਸੀ ਕਿ ਉਸੇ ਵੇਲੇ ਉਹਨੂੰ ਨੌਕਰੀਓਂ ਕੱਢ ਦਿੰਦੇ ਤੇ ਉਸੇ ਵੇਲੇ ਲੋਕਲ ਪੁਲਿਸ ਜਿਹੜੇ ਫੜ ਕੇ ਅੰਦਰ ਦਿੰਦੀ ਉਹਨੂੰ। ਕਿੱਥੇ ਵਾਇਨਟ, ਕਿੱਥੇ ਰਾਜਸਥਾਨ, ਕਿੱਥੇ ਘਨੱਈਆ ਕੁਮਾਰ, ਕਿੱਥੇ ਵਾਇਨਟ ਦਫ਼ਤਰ ਤੇ ਅਟੈਕ ਕੀਤਾ ਗਿਆ? ਹੁਣ ਉਹਦੇ ਵਿੱਚ ਛੱਤੀਸਗੜ੍ਹ ਦੇ ਵਿੱਚ ਤੁਹਾਨੂੰ ਪਤਾ ਦੋ ਹੀ ਸਟੇਟਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੇਗੀ, ਇਸ ਦੇ ਰੂਪ ਦੇ ਵਿੱਚ ਇੱਕ ਰਹੇਗੀ ਰਾਜਸਥਾਨ ਦੇ ਵਿੱਚ, ਇੱਕ ਰਹੇਗੀ ਛੱਤੀਸਗੜ੍ਹ ਦੇ ਜੀ। ਹੁਣ ਛੱਤੀਸਗੜ੍ਹ ਦੀ ਪੁਲਿਸ ਨੇ ਉੱਥੇ ਕਿਸੇ ਦਰਖਾਸਤ ਉੱਤੇ ਪਰਚਾ ਦਰਜ ਕੀਤਾ ਤੇ ਇਹਨੂੰ ਰੋਹਿਤ ਰੰਜਨ ਨੂੰ ਗ੍ਰਿਫਤਾਰ ਕਰਨ ਵਾਸਤੇ ਬਾਕਾਇਦਾ ਤੌਰ ਤੇ ਗਾਜ਼ੀਆਬਾਦ ਆਈ। ਜਦੋਂ ਗਾਜ਼ੀਆਬਾਦ ਆਈ ਤੇ ਇਹਨੂੰ ਗ੍ਰਿਫਤਾਰ ਕਰਨ ਲੱਗੇ ਤੇ ਰੌਲਾ ਪੈ ਗਿਆ, ਤੇ ਰੌਲਾ ਪੈਣ ਤੋਂ ਬਾਅਦ ਜਿਹੜਾ ਸੀ ਉੱਥੇ ਪੁਲਿਸ ਆ ਗਈ, ਲੋਕਾਂ ਨੂੰ ਕਹਿੰਦੀ ਕਿਸੇ ਨੂੰ ਦੱਸਿਆ ਕੋਈ ਨੀ ਜੀ, ਕਹਿੰਦਾ ਕੋਰਟ ਦੇ ਵਰੰਟ ਆ ਸਾਡੇ ਕੋਲ, ਲੋਕ ਕੋਰਟ ਦੇ ਵਰੰਟ, ਅਸੀਂ ਉੱਧਰ ਨੀ ਆਏ। ਔਰ ਉੱਤਰ ਪ੍ਰਦੇਸ਼ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕਰਨ ਦਿੱਤਾ ਗਿਆ। ਤੁਹਾਨੂੰ ਪਤਾ ਹੋਏਗਾ ਇਸੇ ਗਾਜ਼ੀਆਬਾਦ ਦੇ ਵਿੱਚ ਇੱਕ ਵਾਰੀ ਕੁਮਾਰ ਵਿਸ਼ਵਾਸ ਨੂੰ ਗ੍ਰਿਫਤਾਰ ਕਰਨ ਗਈ ਸੀ ਪੰਜਾਬ ਪੁਲਿਸ, ਰੋਪੜ ਪੁਲਿਸ, ਉਦੋਂ ਵੀ ਯੂਪੀ ਪੁਲਿਸ ਨੇ ਭਜਾਤਾ ਸੀ ਉੱਥੋਂ। ਹਾਂ ਵੀ ਦੱਸੋ ਕਿੱਧਰ ਆਏ, ਲਿਆਓ ਮੁੱਖਾ ਡਾਕੂਮੈਂਟ ਹੈਗੇ ਕਿ ਨਹੀਂ ਹੈਗੇ? ਨਹੀਂ ਜੀ, ਅਸੀਂ ਤਾਂ ਨੋਟਿਸ ਸਰਵਿਸ ਕਰਨ ਵਾਸਤੇ ਆਏ, ਕਰਾਉਣ ਵਾਸਤੇ ਆਏ। ਤੁਹਾਨੂੰ ਪਤਾ ਹੋਏਗਾ ਜਦੋਂ ਇੱਕ ਬੀਜੇਪੀ ਦਾ ਆਗੂ ਦਿੱਲੀਓਂ ਚੁੱਕਿਆ ਸੀ, ਪੰਜਾਬ ਲਿਆ ਰਹੇ ਸੀ ਤੇ ਰਸਤੇ ਚ ਹਰਿਆਣਾ ਪੁਲਿਸ ਨੇ ਘੇਰ ਲਿਆ ਸੀ। ਹਰਿਆਣਾ ਪੁਲਿਸ ਨੇ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਨੂੰ ਛੁਡਾ ਕੇ ਤੇ ਉਹਨੂੰ ਉਹਦੇ ਘਰ ਪਹੁੰਚਾਇਆ ਸੀ, ਤੇ ਉਲਟਾ ਪਰਚਾ ਵੀ ਕੀਤਾ ਸੀ ਪੰਜਾਬ ਪੁਲਿਸ ਉੱਤੇ ਵੀ ਇਹ ਕਿੰਨਾ ਕਰਕੇ ਲੈ ਗਿਆ। ਇਹ ਜਿਹੜੀ ਪੁਲਿਸਾਂ ਦੇ ਵਿੱਚ ਆਪਸੀ ਜਿਹੜੀ ਖਿਚੋਤਣ ਵੱਧ ਰਹੀ ਹੈ ਨਾ, ਇਹ ਸਿਆਸੀ ਆਗੂਆਂ ਦੀ ਦੇਣ। ਅੱਜ ਤੋਂ ਕੋਈ 4-5 ਸਾਲ ਪਹਿਲਾਂ ਇੱਕ ਡਰੱਗ ਸਮਗਲਿੰਗ ਤੇ ਅੱਤਵਾਦ ਨੂੰ ਕੰਟਰੋਲ ਵਾਸਤੇ ਇੱਕ 7 ਸਟੇਟਾਂ ਦੀ ਟੀਮ ਬਣੀ। ਉਹ ਇਹ ਕਿਹਾ ਗਿਆ ਸੀ ਵੀ ਕਦੇ ਵੀ ਜਦੋਂ ਵੀ ਕਿਤੇ ਗੱਲ ਕੋਈ ਗੱਲ ਹੁੰਦੀ ਆ, ਇੱਕ ਦੀ ਸਟੇਟ ਨੂੰ ਇੱਥੇ ਇਨਫੋਰਮ ਕੀਤਾ ਜੂ, ਹੈਡਕੁਆਰਟਰ ਜਿਹੜਾ ਸਾਰੇ ਦਿਨ ਇਨਫੋਰਮ ਕਰੇਗਾ ਵੀ ਇਹ ਬੰਦੇ ਇਸ ਗੱਡੀ ਤੇ ਇਸ ਪਾਸੇ ਗਏ ਤੇ ਇਹਦੀ ਪੜਤਾਲ ਛਾਣਬੀਣ ਕੀਤੀ ਜਾਵੇ। ਸ਼ੁਰੂ ਤੋਂ ਕਾਮਯਾਬ ਰਹੀ, ਮੁੜ ਕੇ ਬਿਲਕੁਲ ਉਹ ਖਤਮ ਹੋ ਗਈ, ਕਿਉਂ ਸਿਆਸੀ ਆਗੂ ਨਹੀਂ ਚਾਹੁੰਦੇ ਸੀ ਤੇ ਇਹੋ ਜਿਹਾ ਅੱਤਵਾਦ ਵੀ ਖਤਮ ਹੋਵੇ ਤੇ
गैंगस भी खत्म हो गए, स्मगलर भी खत्म हो गए, उन्होंने पनाह दी। हूँ पुलिस का आप एक जी पुलिस आ स्टेट पुलिस आपसे आमू सामने होंगी है, तो मैं क्या छुटदा कि यह कोई चंगे लक्षण नहीं है। उस जो रंजन रोहित रंजन खिलाफ सख्त तो सख्त कार्रवाई होनी चाहिए कि उन्हें बकायदा तौर पर गुमराह किया, लोगों गलत जानकारी दी है। अज तुम पता होगा कुछ जो सबका जजा ने सबका पोलीटिशियन सबका जो एडमिनिस्ट्रेटिव अफसर ने कुछ फौजी अफसर ने बकायदा तौर पर जी नूपुर टिप्पणी की खिलाफ चिट्ठी लिखी है चीफ जस्टिस उत्ते टिप्पणी की है। वो सारे कौन ने? वो बीजेपी के बंदे गलत उन्हें कुछ नहीं किया। उन्होंने कहा जी नूपुर को खतरा वा, नूपुर ने सारे देश को खतरे च पाया, उन्होंने खतरा करता है। फिर भी असली अगली अगली तरीके सुनवाई करा जो पार्टी वाला जासी दूसरा उन्हें इन्नी गल कह दी कि जोड़ा सोशल मीडिया जिस तरीके का विचर रहा वा सोशल मीडिया के उत्ते सब तो वह जोड़ा वा इना हाकम धिर ने गंद पा भावे किसी भी स्टेट की वो गलत खबर दे के लोगों गुमराह करे। उन्हें कहा इन्हों तो सानू भी खतरा वा, उन्होंने भी नाल रखा गया। मतलब न्यायपालिका भी सेफ नहीं, हाकम तेरे चाहती है जो असी कहने वो मुताबिक चलोगे तो बचोगे, नहीं चलोगे नहीं बचोगे। इंदिरा गांधी के खिलाफ जेड़े जगमोहन लाल सिन्हा इलाहाबाद हाईकोर्ट के जज ने जजमेंट दिती थी कि इसकी जी चोन वो गलत हुई है, इस करके यदि चोन रद्द की जाती है। वह अमृतसर का जापल सी, उन्हें माझे का पानी पीता, गुरु की धरती का पानी पीता, सच बोले। इस करके जज सच बोलन वाले है, लेकिन उन्होंने वरतन की कोशिश की जा रही है, वरत्या गया। जो गगोई सा चीफ जस्टिस पहला कहना जी मैं रात सुपने बंदर मिले, मैं बंदर वेख के जरा पैसा देता कि इतने मंदिर बनना चाहिए। क्या बात है जज या चीफ जस्टिस? वो भाई मैरिट से चलो, मैरिट से तुम कोई भी सबूत नहीं सी मिले उतो भी इतने मंदिर आ। लेकिन जो मुसलमान भाईचारे से कहता कि जो अदालत का हुक्म असं पहले देंगे दिता उन्होंने। इस करके यह रंजन जोड़ा वा रोहित रोहित रंजन है, ये खिलाफ सख्त तो सख्त कार्रवाई होनी चाहिए ताकि होर एंकर यह गलती ना कर सके। जे उन्होंने शेल्टर दिता जा रहा वा जी, यदा मतलब यह आ सदीकी एक पत्रकार गया थी हाथरस के जो कुड़ी ने बलात्कार रैली मारी गई थी, उन्होंने गिरफ्तार कर लिया तू चल फैलाना। अज भी भीमा कौर वाले किन्ने जे बुद्धिजीवी अंदर बैठे ने, तीसरा शीतलवाड़ जी फर्क मेरे तक की कसूर रहा। लेकिन यह चीजा जड़िया वा देश की बर्बादी की नींह रख रही ने, आने वाले समय से हालात चंगे नहीं रहे देर तक करते रहे। ਪੱਟੀ ਸਾਹਿਬ ਕਹਿੰਦੇ ਨੇ ਕਚਹਿਰੀਆਂ ਦੇ ਵਿੱਚ ਫਿਰ ਮੇਲੇ ਲੱਗੇ ਜੀ, ਦੋ ਗੈਂਗਸਟਰਾਂ ਦੇ ਵਿੱਚ ਕੁੰਡੀਆਂ ਦੇ ਸਿੰਘ ਫਸੇ ਤੇ ਜਿਸ ਦੇ ਵਿੱਚ ਫਾਇਰਿੰਗ ਵੀ ਹੋਈ ਪਰੰਤੂ ਕੋਈ ਕੈਜੂਅਲਟੀਜ਼ ਨਹੀਂ ਹੋਈਆਂ ਜੀ, ਬਚਾਅ ਹੋ ਗਿਆ। ਦੇਖੋ ਜਿੱਥੋਂ ਤੱਕ ਇਹ ਗੈਂਗਸਟਰਾਂ ਦੀ ਗੱਲ ਆ ਜੀ, ਗੈਂਗਸਟਰ ਪੰਤੇ ਕਿਹਨੇ ਟਾਈਮ ਤੇ 2012 ਤੋਂ ਬਾਅਦ ਗੈਂਗਸਟਰ ਜਿਹੜੇ ਸੀ ਉਹ ਖੁੰਬਾਂ ਵੱਲ ਉੱਭਰੇ ਸੀ। ਕਿਹਦੀ ਦੇਣ ਸੀ ਜੀ? ਸਭ ਨੂੰ ਪਤਾ ਅਸੀਂ ਦੁਬਾਰਾ ਨਹੀਂ ਕੁਛ ਕਹਿਣਾ ਚਾਹੀਦਾ, ਆਪਾਂ ਕਈ ਵਾਰ ਅੱਗੇ ਕਹਿ ਵਿੱਚ। ਅੱਜ ਉਹ ਗੈਂਗਸ ਜਿਹੜੇ ਉਹ ਸਾਡੀ ਸਿਰਦਰਦੀ ਬਣ ਗਏ, ਉਹ ਸਾਡੇ ਤੇ ਹੈਵੀ ਹੋ ਰਹੇ। ਅੱਜ ਗੈਂਗਸ ਜਿਹੜੇ ਆ ਉਹ ਸਾਡੀ ਸੁਰੱਖਿਆ ਫੋਰਸਾਂ ਤੇ ਹੈਵੀ ਹੋ ਰਹੇ ਨੇ, ਸਾਡੇ ਤੇ ਹੈਵੀ ਹੋ ਰਹੇ ਨੇ। ਕਿਸੇ ਨੂੰ ਕੋਈ ਪਤਾ ਨਹੀਂ, ਤੁਸੀਂ ਆ ਰਹੇ ਹੋ ਸਕੂਟਰ ਤੇ ਆ ਰਹੇ ਹੋ, ਤੁਹਾਡੀ ਕਾਰ ਨਾਲ ਮਾੜੀ ਜੀ ਕੋਈ ਲੱਗੀ, ਪਤਾ ਨੀ ਕਿਤੇ ਕੀ ਫਿਰ ਗੋਲੀ ਮਾਰ ਕੇ ਮਾਰ ਜੀ। ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ? ਤਰਨ ਤਾਰਨ ਵਿੱਚ ਆਪਦਾ ਲੀਡਰ ਮਾਰਤਾ ਹੈ। ਅੱਜ ਮੋਗਾ ਦੀਆਂ ਕਚਹਿਰੀਆਂ ਦੇ ਬਾਹਰ ਬਕਾਇਦਾ ਤੌਰ ਤੇ ਦੋ ਧੜਿਆਂ ਚ ਖੁੱਲ੍ਹਿਆਂ ਗੋਲੀਆਂ ਚੱਲੀਆਂ, ਲੋਕਾਂ ਨੇ ਆਪਣੀ ਭੱਜ ਕੇ ਜਾਨ ਬਚਾਈ। ਆਪਾਂ ਮੋਗਾ ਕਚਹਿਰੀ ਦੀ ਗੱਲ ਕਰਦੇ ਜੀ, ਮੋਗਾ ਕਚਹਿਰੀਆਂ ਦੇ ਵਿੱਚ ਦੋ ਧਿਰਾਂ ਦੇ ਵਿੱਚ ਉੱਥੇ ਖੁੱਲ੍ਹਿਆਂ ਗੋਲੀ ਚੱਲੀ, ਖੁੱਲ੍ਹਿਆਂ ਦੋਵਾਂ ਧਿਰਾਂ ਦੇ ਵਿੱਚ। ਹੁਣ ਇਹ ਨੀ ਪਤਾ ਉਹ ਗੈਂਗਸ ਸੀ ਕਿ ਕੋਈ ਗਰੁੱਪ ਸੀ, ਲੇਕਿਨ ਕਹਿਣ ਤੋਂ ਭਾਵ ਇਹ ਪਤਾ ਲੱਗਾ ਸੀ ਉਹ ਗੈਂਗਸ। ਹੁਣ ਤੱਕ ਜਿਹੜੀ ਰਿਪੋਰਟ ਹੈ ਕਹਿੰਦਾ ਪਤਾ ਕੋਈ ਜੀ,
ਜੋ ਗੈਂਗ ਸਨ ਉਹ ਬਦਮਾਸ਼ ਸਨ, ਉਹਨਾਂ ਨੇ ਗੋਲੀ ਚਲਾਈ, ਮਾਹੌਲ ਨੂੰ ਖਰਾਬ ਕੀਤਾ, ਲੋਕਾਂ ਭੱਜ ਕੇ ਜਵਾਨ ਜਾਨ ਬਚਾਈ, ਆਪਣੇ ਜੱਜ ਆਪਣੇ ਜਿਹੜੇ ਸੀ ਰਿਟਾਇਰ ਹੋਏ ਚਲੇ ਗਏ ਫਟਾਫਟ ਉੱਠ ਕੇ ਉੱਥੋਂ, ਪੁਲਿਸ ਭੱਜੀ ਫਿਰਦੀ ਰਹੀ ਹੈ, ਅਜੇ ਤੱਕ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਉਹਨਾਂ ਦੀ। ਜੇ ਉੱਥੇ ਕਚਹਿਰੀਆਂ ਚ ਇਹੋ ਜਿਹੀ ਜਿੱਥੇ ਕਿ ਵੱਡੀ ਗਿਣਤੀ ਚ ਫੋਰਸ ਹੁੰਦੀ ਹੈ, ਮੈਂ ਇੱਕ ਪੁਲਿਸ ਅਫਸਰ ਕੋਲ ਬੈਠਾ ਸੀ, ਸਾਬਕਾ ਪੁਲਿਸ ਅਫਸਰ ਕੋਲ, ਤਿੰਨ ਚਾਰ ਦਿਨ ਪਹਿਲਾਂ, ਅੱਜ ਕੱਲ੍ਹ ਬੜਾ ਤਕੜਾ ਆਗੂ ਆਊ, ਔਰ ਉਸ ਪੁਲਿਸ ਅਫਸਰ ਨੇ ਕੀ ਕਿਹਾ, ਉਹਨਾਂ ਕੋਈ ਲੋੜ ਨੀ ਬਚਾਉਣ ਦੀ, ਇਹਨਾਂ ਗੈਂਗਸਟਰਾਂ ਕੋਈ ਲੋੜ ਨੀ, ਇਹਨਾਂ ਪਿੱਛੇ ਅਜੇ ਨੀ ਫੋਰਸ ਲਾਉਣ ਦੀ, ਦੋ ਬੰਦੇ ਹੋਣ, ਚਾਰ ਬੰਦੇ ਹੋਣ, ਦੋ ਰੱਖਿਆ ਕਰਨ ਵਾਸਤੇ, ਦੋ ਨੂੰ ਲੈ ਕੇ ਜਾਣ, ਜੇ ਕੋਈ ਖੁਰਚ ਜੇ ਕੋਈ ਚੜਾਉਣ ਨਾ ਭਜਾਉਣ ਨਾ ਠੋਕ ਦਿਓ ਗੋਲੀ, ਇੱਕ ਵੀਡੀਓ ਵਾਲਾ ਨਾਂ ਰੱਖੋ ਬਸ, ਆਪੇ ਸਿੱਧੇ ਹੋ ਜਾਣੇ। ਹੁਣ ਉੱਥੇ ਗੈਂਗਸਟਰਾਂ ਨੇ ਜੇ ਗੋਲੀ ਚਲਾਈ ਹੈ ਤੇ ਇਹ ਸਾਡੀ ਹੋਮ ਮਿਨਿਸਟਰੀ ਦੇ ਉੱਤੇ, ਪੁਲਿਸ ਦੇ ਉੱਤੇ ਧੋਤੇ ਮੂੰਹ ਦੇ ਚਪੇੜ ਆਏ, ਕਿੱਥੇ ਸਾਡੀ ਸੁਰੱਖਿਆ ਏਜੰਸੀਆਂ ਨੂੰ ਬੈਠੀਆਂ, ਕਿੱਥੇ ਸਾਡੀਆਂ ਏਜੰਸੀਆਂ ਬੈਠੀਆਂ, ਕਿੱਥੇ ਸਾਡਾ CID ਵਿੰਗ। ਜੇ ਲੋਕੀ ਏਦਾਂ ਹੀ ਗੱਡੀਆਂ ਦੇ ਵਿੱਚ ਨਜਾਇਜ਼ ਹਥਿਆਰ ਲੈ ਕੇ ਤੁਰੇ ਫਿਰਦੇ ਨੇ ਤੇ ਫਿਰ ਪੰਜਾਬ ਦਾ ਰੱਬ ਹੀ ਰਾਖਾ ਵਾ। ਹੁਣ ਇਹ ਗੱਲ ਸੁਣ ਲਓ ਮੇਰੀ, ਜੇ ਕਿਤੇ ਇਹਨਾਂ ਨੂੰ ਲੱਥ ਨਾ ਪਾਈ ਗਈ ਤੇ ਵਿਦੇਸ਼ੀ ਸ਼ਕਤੀਆਂ ਇਹਨਾਂ ਗੈਂਗਸਟਰਾਂ ਨੂੰ ਉਸੇ ਤਰ੍ਹਾਂ ਵਰਤਣਗੀਆਂ ਜਿਸ ਤਰ੍ਹਾਂ ਪਹਿਲਾਂ ਖਾਲਿਸਤਾਨ ਦੇ ਬੈਨਰ ਹੇਠ ਮੁੰਡਿਆਂ ਨੂੰ ਵਰਤਿਆ ਗਿਆ, ਉਹ ਦੇਸ਼ ਲਈ ਵੀ ਤੇ ਪੰਜਾਬ ਲਈ ਵੀ, ਖਾਸ ਕਰਕੇ ਪੰਜਾਬ ਲਈ ਬਹੁਤ ਘਾਟੇ ਵੰਡਾ ਸੋਚਾ ਹੋਇਆ। ਇਸ ਕਰਕੇ ਚਾਹੀਦਾ ਵਾ ਭਗਵੰਤ ਮਾਨ ਜੀ, ਤੁਹਾਡੇ ਕੋਲ ਹੋਮ ਮਿਨਿਸਟਰੀ ਆ, ਜੇ ਨਹੀਂ ਕਿਸੇ ਤਜਰਬੇਕਾਰ ਬੰਦੇ ਨੂੰ ਦੇ ਦਿਓ, ਉਹਨੂੰ ਕਹੀ ਵੀ ਜਿੱਦਾਂ ਮਰਜ਼ੀ ਕਰ ਤੇ ਕੰਟਰੋਲ ਕਰਨਾ, ਜੇ ਕੰਟਰੋਲ ਨਾ ਕੀਤਾ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਤੇ ਫਿਰ ਤੁਹਾਡੇ ਸਿਰ ਤੇ ਲੱਗਾ ਕਲੰਕ ਕਦੀ ਨਹੀਂ ਜੇ ਲੈਣਾ ਜੀ। ਦੂਸਰੀ ਚੀਜ਼, ਇਹ ਤੇ ਮੋਗੇ ਦੀ ਹੋ ਗਈ ਗੱਲ, ਗੁਰਾਇਆਂ ਦੇ ਵਿੱਚ ਗੋਲੀ ਚੱਲੀ, ਅੱਛਾ ਤਾਂ ਤਾਂ ਗੋਲੀ ਚੱਲੀ ਤੇ ਇੱਕ ਕਾਰ ਵਾਲੇ ਨੇ ਸੋਚਿਆ ਕਿ ਮੈਂ ਗਾਂ ਨੂੰ ਜਿਹੜਾ ਫਟਾਫਟ ਨੇ ਕਾਰ ਆਪਣੀ ਰਿਵਰਸ ਕੀਤੀ, ਹੁਣ ਆਪਣੀ ਜਾਨ ਬਚਾਉਂਦਾ ਬੰਦਾ ਪਿੱਛੇ ਦੋ ਮਜ਼ਦੂਰ ਵਾਰ ਕੇ ਰੱਖ, ਜਦੋਂ ਫਟਾਫਟ ਰਿਵਰਸ ਕੀਤੀ ਗੱਡੀ ਵੀ ਗੋਲੀ ਦਾ ਵੱਜੇ ਖੇਤੇ ਤੋਂ, ਦੋ ਮਜ਼ਦੂਰ ਥੱਲੇ ਆ ਗਏ ਤੇ ਉਹਨੂੰ ਡੈਥ, ਹੁਣ ਉਹ ਜਿਹੜੇ ਮਜ਼ਦੂਰਾਂ ਦੇ ਵਾਰਸ ਹੋ ਗਏ ਨੇ, ਪਰਚਾ ਦਰਜ ਕਰੋ, ਬੰਦਾ ਫੜ ਕੇ ਅੰਦਰ ਦਿਓ ਤੇ ਫਿਰ ਸੰਸਕਾਰ ਕਰਾਂਗੇ। ਕਿੱਥੇ ਸਾਡੀਆਂ ਕੋਈ ਤਾਂ ਸ਼ਾਇਦ ਤੁਸੀਂ ਤੇ ਜਿੰਨੇ ਵੀ ਨੀ ਹੋਣੇ, ਮੈਂ ਸੋਚਦਾ ਬੜੀ ਪੁਰਾਣੀ ਗੱਲ ਆ, ਮੈਨੂੰ ਤਾਂ ਬਹੁਤੀ ਸੁਰਤ ਨਹੀਂ ਹੈਗਾ, 1960 ਤੇ 1970 ਦੇ ਦਹਾਕੇ ਚੱਲੇ, ਉਦੋਂ ਇੱਕ ਸਿਪਾਹੀ ਆਉਣਾ ਹੁੰਦਾ ਸੀਗਾ, ਸਿਪਾਹੀ ਆ ਕੇ ਸਾਰੇ ਪਿੰਡ ਨੂੰ ਅੱਗੇ ਲਿਜਾ ਕੇ ਥਾਣੇ ਲੈ ਜਾਂਦਾ ਸੀ, ਤੇ ਸਿਪਾਹੀ ਕੋਲ ਇੱਕ ਰੂਲ ਹੁੰਦਾ ਸੀ, ਇੱਕ ਸਾਈਕਲ ਹੁੰਦਾ ਸੀ ਜਾਂ ਉਹ ਪੈਦਲ ਆਉਂਦਾ ਸੀ, ਇੰਨੀ ਡਰ ਹੁੰਦਾ ਸੀ ਪੁਲਿਸ ਦਾ। ਤੇ ਅੱਜ ਕੱਲ ਲੋਕੀ ਪੁਲਿਸ ਦੇ ਗੱਲ ਪੈ ਜਾਂਦੇ, ਵਰਦੀਆਂ ਪੜ ਜਾਂਦੇ, ਪੋਲੀਟੀਕਲ ਬੰਦੇ ਬਚਾਉਣ ਵਾਸਤੇ ਆ ਜਾਂਦੇ, ਕੁਝ ਨੀ ਜਾਣਦੇ ਜੀ। ਦੇਵੀ ਦੇਵਤਾਂ ਦੀਆਂ ਤਸਵੀਰਾਂ ਦੇ ਵਿੱਚ ਲਪੇਟਿਆ ਜਾ ਰਿਹਾ ਸੀ ਚਿਕਨ ਦੇ ਪੀਸ, ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜੀ, ਇੱਕ ਖਾਨ ਸਾਹਿਬ ਨੇ ਉੱਥੋਂ ਦੇ ਐਂਡ ਗ੍ਰਿਫਤਾਰ ਕੀਤਾ ਗਿਆ। ਪੱਟੀ ਸਾਹਿਬ ਇਹਦੀ ਕੀ ਖਬਰ ਹੈ ਜੀ? ਇਹ ਯੂਪੀ ਦੀ ਗੱਲ ਹੈ ਜੀ, ਇੱਕ ਆਪਣਾ ਝਟਕਾਈ ਸੀਗਾ ਤੇ ਉਹਨੇ ਅਖਬਾਰਾਂ ਰੱਖੀਆਂ ਸੀ ਲਿਆ ਕੇ ਥੋਕ ਦੇ ਵਿੱਚ, ਤੇ ਉਹਨਾਂ ਅਖਬਾਰਾਂ ਦੇ ਵਿੱਚ ਜਿਹੜਾ ਸੀ ਉਹ ਮੀਟ ਲਿਫਾਫੇ ਆਪਾਂ ਕਿਤੇ ਵੰਡੇਟ ਕੇ ਦੇ ਜਾਂਦਾ ਸੀ ਲੈ ਜਾਓ। ਅੱਛਾ, ਹੁਣ ਉਹਨੂੰ ਕੋਈ ਜਾਣਕਾਰੀ ਨੀ ਵੀ ਇਹਦੇ ਵਿੱਚ ਕੋਈ ਦੇਵੀ ਦੇਵਤਿਆਂ ਦੀਆਂ ਕਿਸੇ ਦੀ ਹੋਰ ਤਸਵੀਰਾਂ ਹੈਗੀਆਂ, ਬਿਲਕੁਲ, ਤੇ ਉਹਦੇ ਕੋਲ ਕੁਛ ਬਹੁ ਗਿਣਤੀ ਲੋਕ ਆ ਗਏ, ਤੂੰ ਤੇ ਸਾਡੇ ਦੇਵੀ ਦੇਵਤੇ ਨੇ ਤੁਹੀਨ ਕਰਦੀ ਆ, ਤੂੰ ਤੇ ਦੇਵੀ ਦੇ ਇਹਨਾਂ ਅਖਬਾਰਾਂ ਦੇ ਵਿੱਚ ਜਿਹੜਾ ਬਕਾਇਦਾ ਤੌਰ ਤੇ ਜਿਹੜਾ ਉਹ ਮੀਟ ਵੰਡੇਟ ਦੇ ਰਿਹਾ ਵਾ। ਭਾਈ ਮੀਟ ਤੋਂ ਗਾਹ ਵੀ ਇਹਨਾਂ ਅਖਬਾਰਾਂ ਦੀ ਬੜੀ ਦੁਰਗਤ ਹੁੰਦੀ ਆ, ਉਹ ਵੀ ਪਤਾ ਕਰ ਲਓ ਜਾ ਕੇ, ਸਿਰਫ ਉਹ ਮੁਸਲਿਮ ਸੀ, ਇਸ ਕਰਕੇ ਉਹਦੇ ਤੇ ਇਲਜ਼ਾਮ ਲਾ ਕੇ ਤੁਸੀਂ ਪਰਚਾ ਦਰਜ ਕਰਾ ਕੇ ਉਹਨੂੰ ਜੇਲ੍ਹ ਸੁਟਾ, ਉਹਦਾ ਹੋਰ ਕਸੂਰ ਤਾਂ ਕੋਈ ਨੀ ਹੈਗਾ। ਉੱਥੇ ਇਲਜ਼ਾਮ ਇਹ ਵੀ ਲਾ ਦਿੱਤਾ ਕਿ ਇੱਕ ਤੇ ਇਹਨਾਂ ਬੇਜ ਵੀ ਕੀਤੀ ਹੈ, ਸਾਡੀਆਂ ਧਾਰਮਿਕ ਭਾਵਨਾ ਹਟ ਰਹੀਆਂ, ਤੇ ਦੂਸਰਾ ਇਹਨੇ ਸਾਡੇ ਤੇ ਜਦੋਂ ਅਸੀਂ ਆਏ ਪੁੱਛਣ ਵਾਸਤੇ ਸਾਡੇ ਤੇ ਚਾਕੂ ਨਾਲ ਅਟੈਕ ਕੀਤਾ। ਪਹਿਲੀ ਗੱਲ ਤੇ ਇਹ ਆ, ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ, ਅਖਬਾਰਾਂ ਨੂੰ ਆਦੇਸ਼ ਜਾਰੀ ਹੋਇਆ, ਸੰਦੇਸ਼ ਜਾਰੀ ਹੋਇਆ ਕਿ ਕੋਈ ਵੀ ਅਖਬਾਰ ਜਿਹੜਾ ਪ੍ਰਕਾਸ਼ ਕੀਤਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹ ਤਸਵੀਰ ਨਾ ਛਾਪੇ।
ਤੇ ਸਭ ਤੋਂ ਪਹਿਲਾਂ ਸਪੋਕਸਮੈਨ ਨੇ ਅਗਲੇ ਦਿਨ ਫਰੰਟ ਪੇਜ ਤੇ ਛਾਪੀ ਜਾਓ ਜੋ ਕਰਨਾ ਕਰ ਲਓ, ਮੈਂ ਨਹੀਂ ਡਰਦਾ। ਕਿਸੇ ਕੱਖ ਨਹੀਂ ਸੀ ਕੀਤਾ। ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਉਹ ਲਾਗੂ ਕਰਾਉਣ ਦੀ ਹੁਕਮਨਾਮੇ ਜਿਹੜੀ ਆ, ਲੇਕਿਨ ਸ਼੍ਰੋਮਣੀ ਕਮੇਟੀ ਨੇ ਕੰਜ ਪਾਈ ਹੁੰਦੀ। ਇਸ ਕਰਕੇ ਇਹ ਵੀ ਇੱਕ ਧਾਰਮਿਕ ਤੌਰ ਤੇ ਤੁਸੀਂ ਧਾਰਮਿਕ ਜਿਹੜੀ ਆ ਉਹ ਧਰਾਵਾਂ ਦੇ ਤਹਿਤ ਜਿਹੜਾ ਨਜਾਇਜ਼ ਖਤਰ ਨਹੀਂ ਥਾਇਆ ਜਿਹੜਾ ਚੀਜ਼ ਦਾ ਜੀ। ਅਖਬਾਰਾਂ ਦਾ ਬਹੁਤ ਕੁਛ ਵਾਪਰਦਾ, ਜੇ ਕਹਿਣਾ ਤੇ ਉਹਨਾਂ ਅਖਬਾਰਾਂ ਨੂੰ ਕਹੋ ਵੀ ਇਹ ਦੇਵੀ ਡਿਪਟੀ ਨੇ ਤਸਵੀਰਾਂ ਨਾ ਛਾਪੀਆਂ ਜਾਣ ਅਖਬਾਰਾਂ ਦੇ ਵਿੱਚ। ਲਿਖੋ ਕੋਈ ਗੱਲ ਨੀ, ਲਿਖ ਲਓ ਕੋਈ ਗੱਲ ਨੀ, ਤੇ ਜੇ ਇਹ ਛਪਦੀਆਂ ਰਹਿਣੀਆਂ ਤੇ ਗਾਂ ਵੀ ਇਹ ਘਟਨਾਵਾਂ ਵਾਪਰਦੀਆਂ ਰਹਿਣੀਆਂ। ਉਹਦੇ ਨਾਲ ਤਾਲਬ ਖਾਨ ਦਾ ਤੁਹਾਡਾ ਕੀ ਰਿੰਝ ਸਾਨੂੰ ਨੀ ਪਤਾ, ਇਸ ਗੱਲ ਤੇ ਨਹੀਂ ਹੋਣੀ ਚਾਹੀਦੀ। ਇਹਦੇ ਨਾਲ ਹੀ ਮੈਂ ਗੱਲ ਜੋੜ ਗਿਆ, ਸਪੋਕਸਮੈਨ ਅਖਬਾਰ ਨੂੰ ਬਕਾਇਦਾ ਤੌਰ ਤੇ ਅਕਾਲ ਤਖ਼ਤ ਤੋਂ ਇਹਦੇ ਖਿਲਾਫ 2004 ਚ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਇਹਨੂੰ ਅਖਬਾਰ ਨੂੰ ਕੋਈ ਨਾ ਪੜ੍ਹੇ, ਕੋਈ ਨਾ ਖਰੀਦੇ। ਲੇਕਿਨ ਉਸੇ ਅਖਬਾਰ ਦੇ ਵਿੱਚ ਉਹਨਾਂ ਅਕਾਲੀ ਆਗੂਆਂ ਦੀਆਂ ਤਸਵੀਰਾਂ ਛਪਦੀਆਂ ਰਹੀਆਂ, ਇੰਟਰਵਿਊ ਛਪਦੀਆਂ ਰਹੀਆਂ ਜਿਨ੍ਹਾਂ ਨੇ ਇਹ ਹੁਕਮਨਾਮਾ ਲਾਗੂ ਕਰਾਉਣਾ ਸੀ। 1978 ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਸੀ ਬਕਾਇਦਾ ਤੌਰ ਤੇ ਨਿਰੰਕਾਰੀਆਂ ਦੇ ਖਿਲਾਫ, ਤੇ ਲੋਕਾਂ ਨੇ ਇੰਨੀ ਤੀਬਰਤਾ ਨਾਲ ਲਾਗੂ ਕੀਤਾ ਵੀ ਮੈਨੂੰ ਕੁਛ ਬੰਦੇ ਮਿਲੇ ਦਿੱਲੀ ਚੋਂ, ਕਹਿਣ ਲੱਗੇ ਜੀ ਵੇਖੋ ਅਸੀਂ ਆਪਣੇ ਬਿਜਨਸ ਸੜ ਤੇ ਨਿਰੰਕਾਰੀਆਂ ਨਾਲ, ਨਹੀਂ ਵੀ ਤੁਹਾਡੇ ਨਾਲ ਬਿਜਨਸ ਹੀ ਕਰ ਸਕਦੇ ਅਕਾਲ ਤਖ਼ਤ ਹੁਕਮ। ਤੇ ਜੇ ਅਕਾਲੀ ਆਪ ਹੀ ਗਲਤੀਆਂ ਕਰਨਗੇ ਫਿਰ ਕੀ ਕਰੂ, ਤੇ ਅੱਜ ਵਿਰਸਾ ਸਿੰਘ ਬਲਟੋਆ ਬਕਾਇਦਾ ਤੌਰ ਤੇ ਅਕਾਲ ਤਖ਼ਤ ਤੇ ਪੇਸ਼ ਹੋਏ ਨੇ, ਇੱਕ ਲੈਟਰ ਦਿੱਤੀ ਆ ਕਿ ਮੈਂ ਪਿਛਲੇ ਸਮੇਂ ਤੇ ਸਪੋਕਸਮੈਨ ਜਿਹੜੀ ਅਖਬਾਰ ਸੀ ਇਹ ਅਕਾਲ ਤਖ਼ਤ ਤੇ ਹੁਕਮਨਾਮੀ ਹੋਇਆ ਸੀ, ਮੈਂ ਗਲਤੀ ਕੀਤੀ ਆ, ਇਸ ਅਖਬਾਰ ਨੂੰ ਇੰਟਰਵਿਊ ਦਿੰਦਾ ਰਿਹਾ, ਇਹਦੇ ਚੈਨਲ ਤੇ ਵੀ ਗੱਲ ਕਰਦਾ ਰਿਹਾ, ਮੈਥੋਂ ਗਲਤੀ ਹੋਈ, ਗਾਹ ਵਗਿਆ ਨਹੀਂ ਹੋਊਗੀ, ਤੇ ਇਹ ਗਲਤੀ ਦੀ ਜੋ ਵੀ ਮੈਨੂੰ ਤਨਖਾਹ ਦੇਣੀ ਹੈ ਸਜ਼ਾ ਦੇਣੀ ਮੈਂ ਤਿਆਰ। ਤੇ ਨਾਲ ਇਹ ਵੀ ਗੱਲ ਕਹੀ ਕਿ ਇਹਦੇ ਵਿੱਚ ਵੱਖ ਵੱਖ ਅਕਾਲੀ ਦਲਾਂ ਦੇ ਆਗੂ, ਕਾਂਗਰਸ ਦੇ ਸਿੱਖ, ਬਾਕੀ ਪਾਰਟੀਆਂ ਸਿੱਖ ਬੈਠੇ, ਉਹਨਾਂ ਵੀ ਇਸ ਹੁਕਮਨਾਮ ਦੀ ਵਗਿਆ ਕੀਤੀ, ਉਹਨਾਂ ਦੇ ਖਿਲਾਫ ਵੀ ਲੋੜੀਂਦੀ ਕਾਰਵਾਈ ਕੀਤੀ ਜਾਏ। ਬਲਟੋਆ ਸਾਹਿਬ ਪਤਾ ਨੀ ਤੁਹਾਨੂੰ ਕਿੱਥੋਂ ਚੇਤਾ ਆ ਗਿਆ, 2004 ਤੇ 2022 ਦੇ ਵਿੱਚ 18 ਸਾਲ ਦਾ ਡਿਫਰੈਂਸ ਆ, 18 ਸਾਲ ਦਾ। 18 ਸਾਲ ਤੁਸੀਂ ਸੁੱਤੇ ਰਹਿ ਗਏ, ਤੁਸੀਂ ਮੰਤਰੀ ਵੀ ਰਹੇ, ਤੁਸੀਂ ਪਾਰਲੀਮੈਂਟ ਸੈਕਟਰੀ ਵੀ ਰਹੇ, ਤੁਸੀਂ MLA ਵੀ ਰਹੇ, ਤੁਸੀਂ ਇਹਨਾਂ ਦੇ ਦਫ਼ਤਰ 'ਚ ਵੀ ਜਾਂਦੇ ਰਹੇ, ਜਾ ਕੇ ਇੰਟਰਵਿਊ ਦਿੰਦੇ ਰਹੇ। ਸਰਦਾਰ ਸੁਖਦੇਵ ਸਿੰਘ ਢੀਂਡਾ ਆਪ ਗਿਆ ਸੀ, ਢੀਂਡਸਰ ਸਾਹਿਬ ਆਪ ਦਫ਼ਤਰ 'ਚ ਗਿਆ ਸੀ, ਜਾ ਕੇ ਇੰਟਰਵਿਊ ਦੇ ਕੇ ਆਇਆ ਸੀ, ਕਿਹਾ ਸੀ ਨਾਲ ਦੀ ਅਖਬਾਰ ਹੀ ਕੋਈ ਨਹੀਂ ਹੈ, ਪੰਥ ਅਖਬਾਰ ਹੀ ਹੈਗੀ। ਇਸ ਕਰਕੇ ਅਖਬਾਰਾਂ ਦੇ ਉੱਤੇ ਜੇ ਕੋਈ ਤੁਸੀਂ ਪਾਬੰਦੀ ਲਾਉਣੀ ਹੈ ਤੇ ਸਰਕਾਰੀ ਤੌਰ ਤੇ ਕਹੋ ਤੇ ਉਹਨਾਂ ਨੂੰ, ਕੋਈ ਸਰਕਾਰ ਨੂੰ, ਕਿ ਇਹ ਸਾਡੇ ਧਾਰਮਿਕ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨਾ ਛਾਪਣ। ਇਹ ਤਾਂ ਸਿਰਫ ਮੋਦੀ ਪਾਇਆ, ਮੀਰ ਤੋਂ ਗਾਂ ਵੀ ਅਖਬਾਰਾਂ ਦੀ ਬੜੀ ਦੁਰਗਤ ਹੁੰਦੀ ਹੈ, ਉਹ ਵੀ ਜਾ ਕੇ ਵੇਖ ਲਓ। ਪੱਟੀ ਸਾਹਿਬ ਸਾਨੂੰ ਟੈਕਸਟ ਆਇਆ ਜੀ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਕੀ ਤਬਦੀਲੀ ਹੋਈ ਹੈ, ਜੇ ਹੋਈ ਹੈ ਤਾਂ ਪਲੀਜ਼ ਪੱਟੀ ਸਾਹਿਬ ਨੂੰ ਕੋ ਥੋੜੀ ਜਿਹੀ ਜਾਣਕਾਰੀ ਦਿੱਤੀ ਜਾਵੇ। ਸਿੱਧੂ ਮੂਸੇਵਾਲੇ ਦੀ ਤਬਦੀਲੀ ਇਹ ਹੋਈ ਆ ਜੀ, ਜਿਹੜੀ ਦਿੱਲੀ ਪੁਲਿਸ ਸੀ ਉਹਨਾਂ ਕਿਹਾ ਸੀ ਵੀ 8-6 ਸ਼ੂਟਰ ਸੀ ਇਹਦੇ ਵਿੱਚ, 6 ਸ਼ੂਟਰ ਸੀ, ਓਕੇ ਜੀ, ਤੇ 6 ਦੀ ਅਸੀਂ ਸ਼ਨਾਖਤ ਕਰ ਲਈ ਆ, 2 ਫੜ ਲਿਆ ਤੇ 4 ਫੜਨ ਵਾਲੇ ਬਾਕੀ ਆ, ਤੇ ਇੱਕ ਉਹਨਾਂ ਨੇ ਕੱਲ ਸ਼ੂਟਰ ਤੇ ਉਹਦਾ ਸਾਥੀ ਫੜ ਲਿਆ ਸੀ। ਤੇ ਉਹਦੀ ਉਮਰ ਕਿੰਨੀ ਸ਼ੂਟਰ ਦੀ? ਸਿਰਫ 19 ਸਾਲ, ਜਿਹੜਾ ਗੋਲੀਆਂ ਮਾਰਨ ਵਿੱਚ ਨਾਲ ਸੀ ਬਕਾਇਦਾ ਤੌਰ ਤੇ ਸਿੱਧੂ ਮੂਸੇਵਾਲੇ, 19 ਸਾਲ ਦੀ ਉਮਰ ਤੱਕ ਉਹ ਇੱਕ ਚੋਰ ਸੀਗਾ ਤੇ ਚੋਰ ਤੋਂ ਸ਼ੂਟਰ ਬਣ ਗਿਆ। ਓ ਨੋ, ਇਹਦੇ ਵਿੱਚ ਦਿੱਲੀ ਪੁਲਿਸ ਨੇ 6 ਦੇ ਵਿੱਚ ਹੁਣ 3 ਫੜ ਲਏ ਨੇ, ਤੇ 3 ਫੜ ਦੇ ਜਿਹੜੀ ਮਡਿਊਲ ਨੇ, ਬਾਕੀ ਜਿਹੜੇ ਸਾਥੀ ਨੇ ਕੁਝ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ, ਤੇ ਪੰਜਾਬ ਪੁਲਿਸ ਦਾ ਇੱਕ ਏਜੰਡਾ ਇਹ ਆ ਵੀ ਜਿੰਨੇ ਵੀ ਦਿੱਲੀ ਪੁਲਿਸ ਸ਼ੂਟਰ ਜਦੋਂ ਫੜੂਗੀ, ਸ਼ੂਟਰ ਫੜ ਕੇ ਜ਼ਿਲ੍ਹਾ 'ਚ ਭੇਜੂਗੀ, ਉੱਥੋਂ ਪ੍ਰੋਟੈਕਸ਼ਨ ਮੈਂਟ ਲਿਆ ਕੇ ਅਸੀਂ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਪੇਸ਼ ਕਰਾਂਗੇ, ਦੱਸਦੀ ਆ ਜੱਗੂ ਭਗਵਾਨਪੁਰੀ ਦੇ ਕਰੇਗੇ। ਇਸ ਕਰਕੇ ਉਹਨਾਂ ਚਿਰ ਤੱਕ ਇਹਨਾਂ ਜੱਗੂ ਭਗਵਾਨਪੁਰੀ ਅਤੇ ਲਾਰੈਂਸ ਬਿਸ਼ਨੋਈ ਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਇਹ ਰਿਮਾਂਡ ਲੈਂਦੇ ਰਹਿਣਗੇ, ਆਪਣੇ ਕੋਲ ਰੱਖਣਗੇ, ਮੁੜ ਕੇ ਆਹਮੋ ਸਾਹਮਣੇ ਬਿਠਾਉਣਗੇ। ਮੈਂ ਇਹ ਨੀ ਕਹਿੰਦਾ ਪੰਜਾਬ ਪੁਲਿਸ ਨੇ ਉਹਨਾਂ ਦੀ ਤਸੱਲੀ ਨਹੀਂ ਕਰਾਈ, ਉਹਨਾਂ ਦੀ ਝਾੜ ਝਪਕ ਕੀਤੀ ਹੈ, ਡੈਫੀਨੇਟਲੀ ਕੀਤੀ ਹੈ, ਦਿੱਲੀ ਪੁਲਿਸ ਨੇ ਨਹੀਂ ਕੀਤੀ। ਦਿੱਲੀ ਪੁਲਿਸ ਨੇ ਜੱਗੂ ਨੂੰ ਪੇਸ਼ ਕੀਤਾ, ਜਦੋਂ ਲਾਰੈਂਸ ਬਿਸ਼ਨੋਈ ਨੂੰ ਪੇਸ਼ ਕੀਤਾ ਸੀ, ਉਹਦੀ ਟੀ ਸ਼ਰਟ ਪਾਈ ਸੀ, ਉਹ 23,000 ਦੀ ਸੀ, ਸਿਰਫ ਦੱਸਿਆ ਸੀ ਵੀ ਜਾ ਕੇ ਪੰਜਾਬ ਪੁਲਿਸ ਤੇਰੇ ਕਿਹੜੇ ਸਵਾਲ ਪੁੱਛਣਗੇ, ਕੀ ਜਵਾਬ ਦੇਣੇ ਆ।
ਹੁਣ ਕੇਸ ਪੰਜਾਬ ਪੁਲਿਸ ਦਾ, ਦਿੱਲੀ ਪੁਲਿਸ ਦੀ ਡਿਊਟੀ ਇਹ ਬਣਦੀ ਜੇ ਛੂਟੇ ਤੁਸੀਂ ਫੜ ਲਿਆ ਤੇ ਉਸ ਵੇਲੇ ਫੜ ਕੇ ਪੰਜਾਬ ਪੁਲਿਸ ਦਿੰਦੇ, ਪੰਜਾਬ ਪੁਲਿਸ ਸਾਡੇ ਤਫਤੀਸ਼ ਕਰ ਲਈ, ਤੁਸੀਂ ਤਫਤੀਸ਼ ਕਿਉਂ ਕਰ ਰਹੇ ਹੋ? ਕਿਉਂਕਿ ਤਿਆਲ ਜੇਲ੍ਹ ਗੈਂਗਸਟਰਾਂ ਦੀ ਰਾਜਧਾਨੀ ਬਣ ਚੁੱਕੀ ਹੈ ਤੇ ਸਿੱਧੂ ਮੂਸੇਵਾਲੇ ਦਾ ਅਜੇ ਕੋਈ ਕੌਨਕ੍ਰੀਟ ਕੋਈ ਕਿਸੇ ਕਿਸਮ ਦੀ ਸਾਨੂੰ ਜਿਹੜੀ ਆ ਉਹ ਤਸੱਲੀ ਬਖ ਜਿਹੜਾ ਉਹਦਾ ਨਹੀਂ ਆ ਰਿਹਾ, ਸਿੱਟੇ ਤੇ ਨਹੀਂ ਪੁੱਛ ਸਕੇ। ਅਸੀਂ ਪਹੁੰਚਾਂਗੇ ਆਪਣੇ, ਅਸੀਂ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਾਂਗੇ। ਅਜੇ ਤੱਕ ਤੇ ਸਿਰਫ ਇਹ ਆ ਵੀ ਕਿਸੇ ਨੇ ਗੱਡੀ ਸਪਲਾਈ ਕਰਤੀ ਆ, ਕਿਸੇ ਦੇ ਉਹਨੂੰ ਜੇ ਅਸੀਂ ਪਿਸਤੌਲ ਸਪਲਾਈ ਕਰਤਾ, ਕਿਸੇ ਨੂੰ ਰੋਟੀ ਖਵਾਤੀ, ਕਿਸੇ ਨੂੰ ਹੋਟਲ 'ਚ ਰੱਖਤਾ, ਉਹ ਬੰਦੇ ਫੜੇ ਜਾ ਰਹੇ ਨੇ। ਤੇ ਸ਼ਗਨਪ੍ਰੀਤ ਇਸ ਵੇਲੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਨਹੀਂ ਮਿਲੀ ਜ਼ਮਾਨਤ ਰਿਲੀਫ ਹਾਈਕੋਰਟ ਤੋਂ। ਜੇ ਕਿਤੇ ਸ਼ਗਨਪ੍ਰੀਤ ਪਹਿਲਾਂ ਫੜਿਆ ਜਾਂਦਾ ਤੇ ਸਿੱਧੂ ਮੂਸੇਵਾਲਾ ਦਾ ਕਤਲ ਨਾ ਹੁੰਦਾ। ਕਿਹਾ ਆਇਆ ਜਾ ਰਿਹਾ ਕਿਉਂ ਸ਼ਗਨਪ੍ਰੀਤ ਤੇ ਦੋਸ਼ ਲੱਗਦਾ ਸੀ ਕਿ ਮਿੱਡੂ ਖੇੜਾ ਜਿਹੜਾ ਸੀ, ਮਿੱਡੂ ਖੇੜਾ ਵਿੱਕੀ ਮਿੱਡੂ ਖੇੜੇ ਦੇ ਕਾਤਲਾਂ ਨੂੰ ਤਨਾਹ ਇਹਨੇ ਦਿੱਤੀ ਸੀ, ਇਹਨੇ ਇਹਨਾਂ ਦੀ ਰੈਕੀ ਕੀਤੀ ਸੀ, ਇਹਨੇ ਮਰਵਾਇਆ। ਸ਼ਗਨਪ੍ਰੀਤ ਜਿਹੜਾ ਸੀ ਉਹ ਮੈਨੇਜਰ ਸੀ ਬਕਾਇਦਾ ਤੌਰ ਤੇ ਸਿੱਧੂ ਦਾ, ਸਿੱਧੂ ਮੂਸੇਵਾਲੇ ਦਾ। ਹੁਣ ਜੇ ਉਹ ਮੈਨੇਜਰ ਸੀਗਾ ਤੇ ਮੈਨੇਜਰ ਦੀ ਰਿਸਪੋਂਸੀਬਿਲਟੀ ਬਣਦੀ ਤੇ ਫਿਰ ਸ਼ੱਕ ਸੀਗਾ ਨਾ ਗੈਂਗਸਟਰਾਂ ਨੂੰ ਵੀ ਇਹਦੇ ਵਿੱਚ ਮੂਸੇਵਾਲਾ ਵੀ ਹੱਥ ਹੋ ਸਕਦਾ। ਸ਼ਗਨਪ੍ਰੀਤ ਦੌੜ ਗਿਆ, ਸ਼ੱਕ ਹੋਰ ਪੱਕਾ ਹੋ ਗਿਆ ਕਿ ਸਿੱਧੂ ਮੂਸੇਵਾਲੇ ਨੇ ਉਹਨੂੰ ਇੱਥੋਂ ਜਾਣ ਕੇ ਭਜਾਇਆ ਆਸਟ੍ਰੇਲੀਆ ਵੀ ਤੂੰ ਭੱਜਿਆ। ਉਸ ਸ਼ੱਕ ਦੇ ਵਿੱਚ ਜਿਹੜਾ ਸੀ, ਇਸ ਸ਼ੱਕ ਦੇ ਵਿੱਚ ਸ਼ੱਕ ਦੀ ਬਣਾ ਦੇ ਉੱਤੇ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ। ਘੱਟੋ ਘੱਟ 6 ਮਹੀਨੇ, ਇੱਕ ਨੀ 6 ਮਹੀਨੇ ਤੱਕ ਉਹਦੀ ਰੈਕੀ ਹੁੰਦੀ ਰਹੀ, ਫਿਰ ਜਾ ਕੇ ਉਹਨੂੰ ਮਾਰਿਆ। ਉਹਨਾਂ ਦੇ ਫਾਦਰ ਨੇ ਵੀ ਕਹਿਤਾ ਕੱਲ ਵੀ ਮੇਰੇ ਬੇਟੇ ਦੇ ਉੱਤੇ 8 ਵਾਰੀ ਅਟੈਕ ਕਰਨ ਦੇ ਮਨਸੂਬੇ ਬਣਾਏ ਸੀ ਇਹਨਾਂ ਗੈਂਗ, ਲੇਕਿਨ ਸਿਕਿਉਰਿਟੀ ਜ਼ਿਆਦੀ ਹੋਣ ਕੇ ਨਹੀਂ ਕਰ ਸਕੇ ਉਹ, ਲੇਕਿਨ ਅਖੀਰ ਦੇ ਉੱਤੇ ਉਹ ਆਪਣੇ ਮਨਸੂਬੇ ਚ ਕਾਮਯਾਬ ਹੋ ਗਏ ਤੇ ਮੇਰਾ ਪੁੱਤ ਦੁਨੀਆ ਤੋਂ ਚਲਾ। ਇਸ ਕਰਕੇ ਸ਼ਗਨਪ੍ਰੀਤ ਨੇ ਜਿਹੜੀ ਆਪਣੀ ਪਟੀਸ਼ਨ ਪਾਈ ਸੀ ਹਾਈਕੋਰਟ ਦੇ ਵਿੱਚ, ਉਹਨੇ 2 ਪਾਈਆਂ ਸੀ। ਇੱਕ ਉਹਨੇ ਕਿਹਾ ਸੀ ਵੀ ਮੇਰੀ ਜਾਨ ਨੂੰ ਖਤਰਾ, ਮੈਂ ਆਸਟ੍ਰੇਲੀਆ ਤੋਂ ਆਉਣ ਲਈ ਤਿਆਰ ਹਾਂ, ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਦੂਜੀ ਪਾਈ ਸੀ ਮੈਨੂੰ ਐਂਟੀ ਸਪਿਟੀ ਅਗਾਊਂਟ ਬੇਲ ਦਿੱਤੀ ਜਾਵੇ ਕਿ ਮੈਂ ਪੁਲਿਸ ਕੋਲ ਜਾਵਾਂ, ਆਪਣੇ ਬਿਆਨ ਕਲਮ ਕਰਾਵਾਂ ਤੇ ਘਰ ਨੂੰ ਆਵਾਂ। ਦੋਵੇਂ ਪਟੀਸ਼ਨਾਂ ਸ਼ਗਨਪ੍ਰੀਤ ਦੀਆਂ ਕੋਰਟ ਨੇ ਰੱਦ ਕਰਤੀਆਂ ਵੀ ਤੂੰ ਇਹਦੇ ਬੈਠਾ ਆਸਟ੍ਰੇਲੀਆ ਦੇ ਵਿੱਚ, ਇੱਥੇ ਆ ਗਏ ਫਿਰ ਗੱਲ ਕਰਾਂਗੇ ਤੇਰੇ ਨਾਲ, ਅਜੇ ਤੈਨੂੰ ਕੋਈ ਖਤਰਾ ਨਹੀਂ ਹੈਗਾ, ਤੈਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਹੈ, ਤੈਨੂੰ ਐਂਟੀ ਸਪਿਟੀ ਬੇਲ ਦੀ ਕੋਈ ਲੋੜ ਨਹੀਂ ਹੈ ਜੀ। ਪੜੀ ਸਾਹਿਬ ਆਗਿਆ ਲੈਂਦੇ ਤੁਹਾਡੇ ਤੋਂ, ਸਿਰਫ ਚੰਦ ਕਮੈਂਟ ਰਹਿ ਗਏ ਨੇ ਸਾਡੇ ਕੋਲ। ਬਹੁਤ ਬਹੁਤ ਧੰਨਵਾਦ, ਤੁਹਾਡੀਆਂ ਪਾਏਦਾਰ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਐਂਡ ਸਾਡੇ ਦਰਸ਼ਕ ਸਰੋਤੇ ਬਹੁਤ ਪਸੰਦ ਕਰਦੇ ਨੇ। ਬਹੁਤ ਬਹੁਤ ਧੰਨਵਾਦ, ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਮੁਲਾਕਾਤਾਂ ਹੁੰਦੀਆਂ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਬੜੀ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।